ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਖਾਲਸਾ ਪਨੀਰੀ ਫਾਰਮ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਖਾਲਸਾ ਪਨੀਰੀ ਫਾਰਮ, ਜਿੱਥੇ ਝੋਨਾ 110, 131, 126, 1121, 1692, 1718 ਅਤੇ 1509 ਜਿਹੜਾ ਹੈਗਾ ਪਨੀਰੀ, ਕਿਉਂਕਿ ਇਹਨਾਂ ਨੇ ਜਦੋਂ ਦਾ ਕੰਮ ਸ਼ੁਰੂ ਕੀਤਾ, ਜਿਹੜਾ ਬੰਦਾ ਇੱਕ ਵਾਰੀ ਜੁੜ ਗਿਆ ਉਹ ਜੁੜ ਗਿਆ ਨਾਲ। ਪਿਛਲੇ ਸਾਲ ਇਹਨਾਂ ਨੇ ਜਿਹਨਾਂ ਨੂੰ ਝੋਨੇ ਦਿੱਤੇ ਉਹ ਅੱਜ ਗਾਂਹ ਦੀ ਗਾਂਹ ਇਹਨਾਂ ਦੀ ਚੇਨ ਬਣਾਈ ਜਾਂਦੇ ਆ। ਕਦੇ ਇਹਨਾਂ ਨੇ ਐਡ ਨਹੀਂ ਕੀਤੀ। ਪਹਿਲਾ ਸਮਾਂ ਅੱਜ ਅਸੀਂ ਖਾਲਸੇ ਨੂੰ ਲੈ ਕੇ ਜਾ ਰਹੇ ਨਾਲ ਆਪਦੇ। ਖਾਲਸਾ ਜੀ ਸਵਾਗਤ ਆ ਤੁਹਾਡਾ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਕਿ ਜਿਵੇਂ ਲਾਸਟ ਈਅਰ ਤੁਸੀਂ ਸ਼ੁਰੂ ਕੀਤਾ, ਉਦੋਂ ਪਿਛਲੇ ਸਾਲ ਕੰਮ ਕੀਤਾ, ਵਧੀਆ ਰਿਜ਼ਲਟ ਆਏ, ਲੋਕ ਇੱਕ ਦੂਜੇ ਨੂੰ ਗਾਂਹ ਦੱਸੀ ਜਾਂਦੇ ਆ, ਅਤੇ ਲੋਕ ਕਹੀ ਜਾਂਦੇ ਵੀ ਖਾਲਸੇ ਵਾਲਾ ਪਨੀਰੀ ਫਾਰਮ ਹੈ ਕਿੱਥੇ? ਭਾਜੀ ਇਹ ਮੈਂ 7 ਤੋਂ 8 ਸਾਲ ਤੋਂ ਇਹ ਕੰਮ ਕਰ ਰਿਹਾ ਵਾਂ। ਪਹਿਲਾਂ ਥੋੜ੍ਹਾ ਕੰਮ ਸੀਗਾ, ਫਿਰ ਹੌਲੀ ਹੌਲੀ ਵਾਧਾ ਵਾਧਾ ਵੱਧ ਗਿਆ। ਪਿਛਲੇ ਸਾਲ ਜਿੱਦਾਂ ਮੀਆਂ ਦੇ ਹੜ੍ਹਾਂ ਦਾ ਕਰਕੇ ਜ਼ਿਆਦਾ ਮੰਗ ਸੀਗੀ, ਅਤੇ ਪਿਛਲੇ ਸਾਲ 7 ਖੇਤ ਪਨੀਰੀ ਦੇ ਸੀਗੇ, ਤਿਆਰ ਕੀ ਵੀ 7 ਖੇਤ ਹੀ ਆ ਜੀ। ਇਹ ਜਲੰਧਰ ਤੋਂ ਮੋਗੇ ਰੋਡ 'ਤੇ ਬਾਜਵਾ ਖੁਰਦ ਬੱਸ ਸਟੈਂਡ ਦੇ ਕੋਲ ਸਾਡਾ ਪਿੰਡ ਆ ਜੀ। ਮੇਨ ਹਾਈਵੇ ਦੇ ਉੱਤੇ ਇਹ ਪਨੀਰੀ ਫਾਰਮ ਆ ਮੇਰਾ ਜੀ। ਵੀਰੇ ਪਨੀਰੀ ਫਾਰਮ ਤੁਹਾਡਾ ਇੱਥੇ ਆ, ਲੇਕਿਨ ਰਾਜਸਥਾਨ ਦੇ ਲੋਕ, ਹਰਿਆਣੇ ਦੇ ਲੋਕ ਦੂਰ ਦੂਰ ਤੋਂ ਆਈ ਜਾਂਦੇ ਆ, ਕੀ ਕਾਰਨ ਹੈ ਇਹਦਾ? ਭਾਅ ਜੀ ਜਿੱਦਾਂ ਮੰਗ ਵੱਧ ਜਾਂਦੀ ਆ, ਮੰਨ ਲਓ ਕਿਸੇ ਭੈਣ ਭਰਾ ਨੂੰ ਲੋੜ ਵਾ, ਵੀ ਉਹ ਆਪਦਾ ਖੱਤਾ ਨਹੀਂ ਵਿਹਲਾ ਰਹਿੰਦਾ, ਫਿਰ ਅਗਲਾ ਭਾਉਂਦੀ ਗੱਡੀ ਕਰਾ ਕੇ ਇੱਥੋਂ ਲੈ ਜਾਂਦਾ। ਪਿਛਲੇ ਸਾਲ ਤਾਂ ਹਰਿਦੁਆਰ ਵੀ ਪਨੀਰੀ ਗਈ ਆ ਜੀ। ਕੀ ਕਹਿਣਾ ਚਾਹੋਗੇ ਕਿ ਰਿਜ਼ਲਟ ਵਧੀਆ ਮਿਲਿਆ? ਰਿਜ਼ਲਟ ਵਧੀਆ ਮਿਲਣ ਦੇ ਨਾਲ ਲੋਕਾਂ ਦੇ ਮਨਾਂ 'ਚ ਖੁਸ਼ੀ ਆਈ ਆ, ਲੋਕ ਗਾਂ ਦੀ ਗਾਂ ਅਟੈਚ ਹੋਇਆ ਵੀ ਨਹੀਂ ਯਾਰ ਖਾਲਸੇ ਆ, ਜਿਹੜੇ ਨਾਂ ਵੀ ਖਾਲਸਾ ਅਤੇ ਜਿਹੜਾ ਪਨੀਰੀ ਉਹ ਵੀ ਖਾਲਸਾ ਹੀ ਆ। ਭਾਅ ਜੀ ਜਦੋਂ ਲੋੜ ਹੁੰਦੀ ਆ ਪਨੀਰੀ ਦੀ, ਅਗਲੇ ਨੂੰ ਅਗਲਾ ਆਣ ਕੇ ਫਿਰ ਇੱਥੋਂ ਪਨੀਰੀ ਲੈ ਜਾਂਦਾ ਵਾ, ਉਹਦਾ ਖੱਤਾ ਨਹੀਂ ਵਿਹਲਾ ਰਹਿੰਦਾ। ਬਾਕੀ ਜਿੱਦਾਂ ਭੈਣ ਭਰਾ ਗਾਂ ਦੀ ਗਾਂ ਜਿਹਨੂੰ ਲੋੜ ਹੁੰਦੀ ਉਹ ਦੱਸ ਦਿੰਦੇ ਆ, ਅਤੇ ਵਧੀਆ ਬੀਜ ਦੇਈਦਾ ਵਾ। ਸ਼ਾਹਕੋਟ ਤੋਂ ਸੋਭੀ ਭਾਜੀ ਆ ਦੀਨਾ ਨਾਥ ਭਾਂਡਿਆਂ ਵਾਲਾ, ਉਹਦੇ ਕੋਲੋਂ ਬੀਜ ਚੱਕੀਦਾ ਵਾ, ਅਤੇ ਵਧੀਆ ਰਿਜ਼ਲਟ ਆਉਂਦੇ ਆ। ਫਿਰ ਅਗਲੇ ਸਾਲ ਅਗਲਾ ਆਪੇ ਫਿਰ ਜੁੜ ਜਾਂਦਾ ਭਾਅ ਜੀ। ਅਸੀਂ ਚਾਹਾਂਗੇ ਸਾਨੂੰ ਦਿਖਾਓ ਖੇਤ ਵੀ। 2 ਖੇਤ ਇੱਧਰ ਆ ਜੀ, ਆ ਸਾਰੀ ਪਨੀਰੀ ਆ ਉੱਧਰ ਨੂੰ ਬੇਪਾਸੇ ਆ, ਸੜਕ ਦੇ ਲੈਂਦੇ ਪਾਸੇ, ਅਤੇ 2 ਖੇਤ ਉਹ ਚੜ੍ਹਦੇ ਬਸ ਜਲੰਧਰ ਤੋਂ ਮੋਗਾ ਰੋਡ ਮੇਨ ਹਾਈਵੇ ਦੇ ਉੱਤੇ ਪਨੀਰੀ ਆ ਜੀ। ਹਾਂਜੀ ਤੁਸੀਂ ਵੀ ਇਹ ਝੋਨੇ ਬੀਜਦੇ ਵੀਰ ਜੀ ਆਪਦੇ ਖੇਤਾਂ 'ਚ? ਹਾਂਜੀ ਭਾਅ ਜੀ ਮੈਂ ਆਪ ਵੀ ਝੋਨਾ ਬੀਜਦਾ, ਕਿਉਂਕਿ ਆਪਣਾ ਖੇਤੀ ਪ੍ਰਧਾਨ ਸੂਬਾ ਵਾ, ਅਤੇ ਆਪਾਂ ਕਣਕ ਝੋਨਾ ਮੱਕੀ ਆਲੂ ਇੱਥੇ ਟਿਕੇ ਹੋਏ ਸਾਰੇ ਜੀ। ਸਾਡਾ ਭਾਅ ਜੀ ਖਾਲਸਾ ਪਨੀਰੀ ਫਾਰਮ ਦਾ ਫੋਨ ਨੰਬਰ ਹੈਗਾ 98727 3427 94172 2227। ਹਾਂਜੀ ਇਹ ਸਾਡਾ ਫੋਨ ਨੰਬਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।